ਕਿ ਇਹ ਕਾਨੂੰਨ ਜਦੋਂ ਬਣੇ ਨੇ ਉਦੋਂ ਕਿੱਡੀ ਵੱਡੀ ਬੇਈਮਾਨੀ ਹੋਈ ਹੈ, ਨੀਅਤ ਕੀ ਹੈ, ਨੀਅਤ ਕਿੰਨੀ ਖੋਟੀ ਹੈ, ਇਹਦੇ ਚੋਂ ਪਤਾ ਲੱਗੂਗਾ। ਤਿੰਨ ਪੁਆਇੰਟ ਇਹਦੇ ਤੇ ਆਉਣਗੇ। ਪਹਿਲੀ ਗੱਲ, ਜਦੋਂ ਕਾਨੂੰਨ ਬਣਦੇ ਨੇ ਲੋਕ ਸਭਾ ਦੇ ਵਿਚ, ਉਸ ਵੇਲੇ 144 MP ਸਸਪੈਂਡ ਕੀਤੇ ਜਾਂਦੇ ਨੇ ਤੇ ਫਿਰ ਇਹ ਕਾਨੂੰਨ ਲੈ ਕੇ ਆਉਂਦੇ ਜਾਂਦੇ ਨੇ। ਤਾਂ ਇਹਦਾ ਮਤਲਬ ਇੱਕ ਤਰਫਾ ਇਹਨਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਦੀ ਨੀਅਤ ਨਾਲ ਕਿਸੇ ਤਰ੍ਹਾਂ ਦਾ ਰੌਲਾ ਨਾ ਪਵੇ ਪਾਰਲੀਮੈਂਟ ਦੇ ਵਿਚ, ਉਸ ਨੀਅਤ ਦੇ ਨਾਲ ਉਹ ਸਾਰਾ ਕੁਝ ਹੋਇਆ। ਹੁਣ ਅਗਲੀ ਗੱਲ ਜਿਹੜੀ ਕਰਦੇ ਆ, ਇਹਦੇ ਵਿਚ ਦੂਸਰੀ ਵੱਡੀ ਬੇਈਮਾਨੀ ਕੀ ਹੈ ਕਿ ਇਹਦੇ ਇਹਨਾਂ ਕਾਨੂੰਨਾਂ ਦੇ ਰਾਹੀਂ ਪੁਲਿਸ ਨੂੰ ਹੋਰ ਪਾਵਰਾਂ ਦਿੱਤੀਆਂ ਗਈਆਂ ਨੇ, ਪੁਲਿਸ ਹੋਰ ਆਪਣੀ ਮਨਮਰਜ਼ੀ ਕਰ ਸਕੇ, ਇਹਦੇ ਲਈ ਜ਼ੋਰ ਲਾਇਆ ਗਿਆ। ਇਹਦੇ ਚ ਕੀ ਕੀਤਾ ਗਿਆ, SHO ਨੂੰ ਇੱਕ ਪਾਵਰ ਦਿੱਤੀ ਹੈ ਕਿ ਉਹ ਇਨਵੈਸਟੀਗੇਸ਼ਨ ਦੇ ਬਹਾਨੇ 15 ਦਿਨ FIR ਲੌਜ ਕਰਨੀ ਚਾਹੇ ਕਰੇ, ਨਹੀਂ ਕਰਨੀ ਚਾਹੁੰਦਾ ਨਾ ਕਰੇ। ਕਿਸਾਨ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। SKM ਨਾਨ ਪੋਲੀਟੀਕਲ ਤੇ KMM ਵੱਲੋਂ ਸਾਂਝੇ ਤੌਰ ਤੇ ਜੋ ਪ੍ਰੋਗਰਾਮ ਰੱਖਿਆ ਗਿਆ 15 ਅਗਸਤ ਨੂੰ ਪੂਰੇ ਭਾਰਤ ਦੇ ਅੰਦਰ ਟਰੈਕਟਰ ਮਾਰਚ ਕਰਕੇ ਤੇ BNSS ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਕਿਉਂ ਸਾੜਨੀਆਂ ਨੇ? ਤੁਹਾਨੂੰ ਪਤਾ ਹੋਏਗਾ ਬਹੁਤ ਸਾਰਿਆਂ ਨੂੰ, 2 ਦਿਨ ਪਹਿਲਾਂ ਆਪਾਂ ਚੰਡੀਗੜ੍ਹ ਕਿਸਾਨ ਭਵਨ ਦੇ ਵਿਚ ਐਡਵੋਕੇਟ ਸਾਹਿਬਾਨਾਂ ਦੇ ਨਾਲ ਇੱਕ ਚਰਚਾ ਹੋਈ ਹੈ, ਗੰਭੀਰ ਚਰਚਾ ਹੋਈ ਹੈ, ਔਰ ਹਾਈਕੋਰਟ ਦੇ ਸੀਨੀਅਰ ਜੱਜ ਵਕੀਲ ਜਿਨ੍ਹਾਂ ਨੇ ਇਹਦੇ ਤੇ ਪੂਰੀ ਰਿਸਰਚ ਕਰਕੇ ਮਿਹਨਤ ਕਰਕੇ ਸਿੱਟਾ ਕੱਢ ਕੇ ਦਿੱਤਾ ਹੈ, ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਤੇ ਪੂਰੇ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ। ਗੱਲ ਇਹ ਹੈ ਦੋਸਤੋ, ਸਭ ਤੋਂ ਪਹਿਲਾਂ ਕਿ ਇਹ ਕਾਨੂੰਨ ਜਦੋਂ ਬਣੇ ਨੇ ਉਦੋਂ ਕਿੱਡੀ ਵੱਡੀ ਬੇਈਮਾਨੀ ਹੋਈ ਹੈ, ਨੀਅਤ ਕੀ ਹੈ, ਨੀਅਤ ਕਿੰਨੀ ਖੋਟੀ ਹੈ, ਇਹਦੇ ਚੋਂ ਪਤਾ ਲੱਗੂਗਾ। ਤਿੰਨ ਪੁਆਇੰਟ ਇਹਦੇ ਤੇ ਆਉਣਗੇ। ਪਹਿਲੀ ਗੱਲ, ਜਦੋਂ ਕਾਨੂੰਨ ਬਣਦੇ ਨੇ ਲੋਕ ਸਭਾ ਦੇ ਵਿਚ, ਉਸ ਵੇਲੇ 144 MP ਸਸਪੈਂਡ ਕੀਤੇ ਜਾਂਦੇ ਨੇ ਤੇ ਫਿਰ ਇਹ ਕਾਨੂੰਨ ਲੈ ਕੇ ਆਉਂਦੇ ਜਾਂਦੇ ਨੇ। ਤਾਂ ਇਹਦਾ ਮਤਲਬ ਇੱਕ ਤਰਫਾ ਇਹਨਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਦੀ ਨੀਅਤ ਨਾਲ ਕਿਸੇ ਤਰ੍ਹਾਂ ਦਾ ਰੌਲਾ ਨਾ ਪਵੇ ਪਾਰਲੀਮੈਂਟ ਦੇ ਵਿਚ, ਉਸ ਨੀਅਤ ਦੇ ਨਾਲ ਉਹ ਸਾਰਾ ਕੁਝ ਹੋਇਆ। ਹੁਣ ਅਗਲੀ ਗੱਲ ਜਿਹੜੀ ਕਰਦੇ ਆ, ਇਹਦੇ ਵਿਚ ਦੂਸਰੀ ਵੱਡੀ ਬੇਈਮਾਨੀ ਕੀ ਹੈ ਕਿ ਇਹਦੇ ਇਹਨਾਂ ਕਾਨੂੰਨਾਂ ਦੇ ਰਾਹੀਂ ਪੁਲਿਸ ਨੂੰ ਹੋਰ ਪਾਵਰਾਂ ਦਿੱਤੀਆਂ ਗਈਆਂ ਨੇ, ਪੁਲਿਸ ਹੋਰ ਆਪਣੀ ਮਨਮਰਜ਼ੀ ਕਰ ਸਕੇ, ਇਹਦੇ ਲਈ ਜ਼ੋਰ ਲਾਇਆ ਗਿਆ। ਇਹਦੇ ਚ ਕੀ ਕੀਤਾ ਗਿਆ, SHO ਨੂੰ ਇੱਕ ਪਾਵਰ ਦਿੱਤੀ ਹੈ ਕਿ ਉਹ ਇਨਵੈਸਟੀਗੇਸ਼ਨ ਦੇ ਬਹਾਨੇ 15 ਦਿਨ FIR ਲੌਜ ਕਰਨੀ ਚਾਹੇ ਕਰੇ, ਨਹੀਂ ਕਰਨੀ ਚਾਹੁੰਦਾ ਨਾ ਕਰੇ। 15 ਦਿਨ, ਜਦੋਂ ਕਿ ਇਹਦੂ ਪਹਿਲਾਂ ਸਾਡੀ ਨਿਆਂਪਾਲਿਕਾ ਇਹ ਗੱਲ ਲੈ ਕੇ ਤੁਰਦੀ ਸੀ ਕਿ ਬਈ ਜਿੱਥੇ ਇੰਸੀਡੈਂਟ ਵਾਪਰਿਆ, ਜਿੱਥੇ ਘਟਨਾ ਵਾਪਰੀ ਹੈ, ਉਸ ਘਟਨਾ ਵਾਲੀ ਥਾਂ ਤੋਂ ਥਾਣੇ ਦੀ ਕਿੰਨੀ ਦੂਰੀ ਹੈ ਜਾਂ ਹਾਸਪਿਟਲ ਦੀ ਕਿੰਨੀ ਦੂਰੀ ਹੈ, ਕੀ ਉਹਨੇ ਟਾਈਮ ਦੇ ਵਿਚ ਆ ਕੇ ਉਸ ਬੰਦੇ ਨੇ ਬਿਆਨ ਦਰਜ ਕਰਵਾਏ, ਅਗਰ ਕਰਵਾਏ ਤਾਂ ਠੀਕ, ਅਗਰ ਨਹੀਂ ਕਰਵਾਏ, ਨਹੀਂ ਉਹਨੇ ਸਮੇਂ ਦੇ ਵਿਚ ਥਾਣੇ ਜਾਂ ਹਾਸਪਿਟਲ ਪਹੁੰਚਿਆ ਬੰਦਾ, ਤਾਂ ਇਹਦਾ ਮਤਲਬ ਉਹਦੇ ਵਿਚ ਮੈਨੂਪੁਲੇਸ਼ਨ ਹੋਈ ਹੈ, ਉਹਦੇ ਵਿਚ ਮਿਲੀ ਭੁਗਤ ਹੋਈ ਹੈ, ਉਹਦੇ ਵਿਚ ਗੜਬੜ ਹੋਈ ਹੈ,
ਉਹ FIR ਦਰਜ ਕਰਾਉਣ ਇਹ ਮੰਨਿਆ ਜਾਂਦਾ ਸੀ। ਲੇਕਿਨ ਅੱਜ ਇੱਥੇ 15 ਦਿਨ ਦਾ ਟਾਈਮ ਹੈ, ਇਹਦਾ ਮਤਲਬ 15 ਦਿਨ ਦੇ ਵਿੱਚ ਜੋ ਮਰਜ਼ੀ ਜਿੰਨੀ ਮਰਜ਼ੀ ਮੈਨੂਪਲੇਟਿੰਗ ਹੋ ਜਾਏ, ਜਿੰਨੀ ਮਰਜ਼ੀ ਉਹਦੇ ਚ ਗੜਬੜ ਕੀਤੀ ਜਾ ਸਕਦੀ ਹੈ, ਵੱਡੀ ਬੇਈਮਾਨੀ। ਅਗਲੀ ਗੱਲ ਇਹਦੇ ਚ ਇਹ ਕਿਹਾ ਗਿਆ ਕਿ ਜੇਕਰ ਇੱਕ ਰਾਜ ਦੇ ਬੰਦੇ ਕਿਸੇ ਬੰਦੇ ਨੂੰ ਕੁੱਟ ਕੇ ਮਾਰ ਦਿੰਦੇ ਨੇ, ਮੋਬ ਇਕੱਠੀ ਹੋ ਕੇ ਕੱਟ ਕੱਟਾ ਹੋ ਕੇ ਮਾਰ ਦਿੰਦਾ ਹੈ ਤਾਂ ਉਹ ਮੋਬ ਲਿੰਚਿੰਗ ਦਾ ਕੇਸ ਬਣੇਗਾ। ਜੇਕਰ ਕਿਸੇ ਲਿੰਗ ਦੇ ਆਧਾਰਿਤ ਲੋਕ ਇਕੱਠੇ ਹੋ ਕੇ ਕੁੱਟ ਕੇ ਮਾਰ ਦਿੰਦੇ ਹੈ ਤਾਂ ਉਹਦਾ ਮੋਬ ਲਿੰਚਿੰਗ ਬਣੇਗੀ। ਅਗਰ ਜਾਤੀ ਦੇ ਆਧਾਰ ਦੇ ਉੱਤੇ ਕਿਸੇ ਬੰਦੇ ਨੂੰ ਕੁੱਟਮਾਰ ਕਰਕੇ ਮਾਰ ਦਿੱਤਾ ਜਾਂਦਾ ਹੈ ਤਾਂ ਮੋਬ ਲਿੰਚਿੰਗ ਬਣੇਗੀ। ਲੇਕਿਨ ਧਰਮ ਦੇ ਆਧਾਰ ਦੇ ਉੱਤੇ ਧਰਮ ਵਾਲੀ ਗੱਲ ਨੂੰ ਬਾਹਰ ਕਰ ਦਿੱਤਾ ਗਿਆ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਭਾਰਤ ਦੇ ਅੰਦਰ ਜ਼ਿਆਦਾਤਰ ਵੱਧ ਗਿਣਤੀ ਮੋਬ ਲਿੰਚਿੰਗ ਜੇ ਹੋਈ ਹੈ ਤਾਂ ਧਰਮ ਦੇ ਆਧਾਰ ਤੇ ਹੋਈ ਹੈ। ਇਹਦਾ ਮਤਲਬ ਸਿੱਧ ਹੁੰਦਾ ਕਿ ਇਹ ਵੀ ਇੱਕ ਬੇਈਮਾਨੀ ਨਾਲ ਧਰਮ ਦੇ ਆਧਾਰ ਦੇ ਉੱਤੇ ਮੋਬ ਲਿੰਚਿੰਗ ਨੂੰ ਜਾਰੀ ਰੱਖਣ ਦੀ ਇੱਕ ਸਾਜਿਸ਼ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਹੁਣ ਅਗਲੀ ਗੱਲ ਆਪਾਂ ਜਿਹੜੀ ਕਰਦੇ ਹਾਂ, ਇਹਨਾਂ ਕਾਨੂੰਨਾਂ ਦੇ ਵਿੱਚ ਹੋਰ ਕੀ ਕੀਤਾ ਗਿਆ? ਦੇਖੋ, ਰਿਮਾਂਡ ਦੇ ਕੇ ਮੈਂ ਗੱਲ ਸ਼ੁਰੂ ਚ ਗੱਲ ਕੀਤੀ ਹੈ ਕਿ ਪੁਲਿਸ ਦੇ ਤਾਕਤ ਹੋਰ ਵਧਾਈ ਹੈ। ਪਹਿਲਾਂ ਪੁਲਿਸ ਦੇ ਰਿਮਾਂਡ ਲੈਂਦੀ ਸੀ ਤੇ ਜੁਡੀਸ਼ੀਅਲ ਕਮਿਸ਼ਨ ਮੈਜਿਸਟ੍ਰੇਟ ਤੋਂ ਰਿਮਾਂਡ ਮਿਲਦਾ ਸੀ, ਹੁਣ ਜੁਡੀਸ਼ੀਅਲ ਕਰਤਾ ਮੈਜਿਸਟ੍ਰੇਟ ਤੋਂ, ਭਾਵ ਭਾਵੇਂ ਤਹਿਸੀਲਦਾਰ ਦੇ ਕੋਲੇ ਲਿਜਾ ਕੇ ਪੇਸ਼ ਕਰਕੇ ਹੀ ਮੁਜਰਮ ਨੂੰ, ਵਿਅਕਤੀ ਨੂੰ ਪੁਲਿਸ ਉਥੋਂ 7 ਦਿਨ ਦਾ ਰਿਮਾਂਡ ਲੈ ਸਕਦੀ ਹੈ। ਉਹਨੂੰ 7 ਦਿਨ ਦਾ ਰਿਮਾਂਡ ਦੇਣ ਦੇ ਅਧਿਕਾਰ ਦਿੱਤੇ ਨੇ ਤੇ ਬਹੁਤ ਸਾਰੇ ਕੇਸ ਇਹੋ ਜਿਹੇ ਹੁੰਦੇ ਨੇ ਜਿਹਦੇ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਬਿਲਕੁਲ ਘਿਓ ਖਿਚੜੀ ਹੁੰਦੇ ਨੇ, ਇੱਕ ਜੁੱਟ ਹੁੰਦੇ ਨੇ ਤੇ ਉਹਨਾਂ ਕੇਸਾਂ ਦੇ ਵਿਚ ਸੁਭਾਵਿਕ ਹੈ ਕਿ ਜਦੋਂ ਪੁਲਿਸ ਕਿਸੇ ਬੰਦੇ ਨੂੰ ਕੁੱਟਣਾ ਚਾਹੇਗੀ, ਉਸ ਬੰਦੇ ਨੂੰ ਕੁੱਟਣ ਦੇ ਲਈ, ਉਹਨੂੰ ਮਾਰਨ ਦੇ ਲਈ ਉਹ ਸਬੰਧਤ ਤਹਿਸੀਲਦਾਰ ਤੋਂ ਰਿਮਾਂਡ ਲੈ ਕੇ ਉਹ ਕੁੱਟ ਸਕਦੀ ਹੈ, ਉਹਦਾ 7 ਦਿਨ ਦਾ ਪ੍ਰਾਵਧਾਨ ਕੀਤਾ ਗਿਆ। ਅਗਲੀ ਗੱਲ, ਵਕੀਲ ਸਾਹਿਬਾਨਾਂ ਨੇ ਇਹ ਗੱਲ ਵੀ ਦੱਸੀ ਕਿ ਕੁਝ ਕੇਸ ਜਿਹੜੇ 7 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਨੇ ਉਹਨਾਂ ਦੇ ਵਿਚ 60 ਦਿਨ ਤੇ ਜਿਹੜੇ ਇਸ ਤੋਂ ਵੱਧ ਸਜ਼ਾ ਵਾਲੇ ਕੇਸ ਨੇ ਉਹਨਾਂ ਦੇ ਵਿਚ 90 ਦਿਨ। ਪਹਿਲਾਂ ਹੁੰਦਾ ਸੀ ਕਿ ਰਿਮਾਂਡ ਖਤਮ ਹੋ ਗਿਆ, ਆਦਮੀ ਜੇਲ੍ਹ ਚਲਿਆ ਗਿਆ ਤੇ ਆਦਮੀ ਆ ਕੇ ਜਾ ਕੇ ਜੇਲ੍ਹ ਦੇ ਵਿਚ ਆਪਣੀ ਹੱਡ ਬੀਤੀ ਕਿ ਪੁਲਿਸ ਨੇ ਕੀ ਕੁਛ ਕੀਤਾ, ਕਿੰਨੀ ਧੱਕੇਸ਼ਾਹੀ ਕੀਤੀ, ਉਹ ਆਪਦੀ ਖੁੱਲ ਕੇ ਆਪਦੇ ਵਕੀਲ ਨੂੰ, ਆਪਦੇ ਪੱਤਰਕਾਰ ਭਾਈਚਾਰੇ ਨੂੰ, ਕਿਸੇ ਨੂੰ ਵੀ ਦੱਸ ਕੇ ਆਪਦਾ ਰੋਣਾ ਰੋ ਸਕਦਾ ਸੀ। ਲੇਕਿਨ ਹੁਣ ਕੀ ਹੈ ਕਿ ਪੁਲਿਸ 60 ਦਿਨ ਦੇ ਅੰਦਰ ਅੰਦਰ ਜਦੋਂ ਮਰਜ਼ੀ ਤੁਹਾਨੂੰ ਦੁਬਾਰਾ ਰਿਮਾਂਡ ਤੇ ਲੈ ਸਕਦੀ ਹੈ, 7 ਸਾਲ ਤੋਂ ਘੱਟ ਸਜ਼ਾ ਵਾਲੇ ਕੇਸਾਂ ਚ। ਅਗਰ ਇਸ ਤੋਂ ਵੱਡੇ ਆਏ ਤਾਂ ਉਸ 90 ਦਿਨ ਦੇ ਵਿਚ ਵਿਚ ਪੁਲਿਸ ਤੁਹਾਨੂੰ ਦੁਬਾਰਾ ਰਿਮਾਂਡ ਤੇ ਲੈ ਸਕਦੀ ਹੈ। ਇਹਦਾ ਮਤਲਬ ਜਦੋਂ ਵਿਅਕਤੀ ਨੂੰ ਡਰ ਹੈ ਕਿ ਮੈਨੂੰ ਦੁਬਾਰਾ ਪੁਲਿਸ ਰਿਮਾਂਡ ਤੇ ਲਿਜਾ ਸਕਦੀ ਹੈ ਤਾਂ ਮੈਂ ਜੇ ਪੁਲਿਸ ਦੇ ਖਿਲਾਫ ਬੋਲਾਂਗਾ, ਕਹਾਂਗਾ ਪੁਲਿਸ ਦੇ ਖਿਲਾਫ ਕੋਈ ਗੱਲ ਤਾਂ ਪੁਲਿਸ ਦੁਬਾਰਾ ਮੈਨੂੰ ਕੁੱਟਮਾਰ ਕਰੇਗੀ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੁਲਿਸ ਜਿੰਨਾ ਮਰਜ਼ੀ ਕੁੱਟ ਲੇ, ਕੋਈ ਆਦਮੀ ਜਿਹੜਾ ਪੀੜਤ ਹੈ ਉਹ ਆਪਣੀ ਜਵਾਨ ਤੱਕ ਨਾ ਖੋਲ ਸਕੇ। ਇਸ ਤਰੀਕੇ ਦੇ ਨਾਲ ਪੁਲਿਸ ਨੂੰ ਇਹ ਤਾਕਤ ਦਿੱਤੀ ਗਈ ਹੈ। ਉਸ ਤੋਂ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇਹ ਵੀ ਬੜੀ ਅਜੀਬ ਕਿਸਮ ਦੀ ਗੱਲ ਹੈ।
ਇਹ ਅੰਦੋਲਨਕਾਰੀਆਂ ਨੂੰ ਸਜ਼ਾ ਦੇਣ ਦੀ ਗੱਲ ਹੈ ਕਿ ਜੇਕਰ ਆਪਣੇ ਤੇ ਅੱਜ ਤੁਸੀਂ ਦੇਖ ਰਹੇ ਹੋ ਹੁਣੇ ਹੁਣੇ 6 ਮਹੀਨੇ ਪਹਿਲਾਂ ਆਪਾਂ ਇਹ ਤੋਂ ਪੀੜਿਤ ਹਾਂ। ਹਰਿਆਣਾ ਪੁਲਿਸ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ। ਪਹਿਲਾਂ ਇਹ ਸੀ ਕਿ ਡਿਪਟੀ ਤੋਂ ਉੱਪਰ ਜੇਕਰ ਡਿਪਟੀ ਦੇ ਕੇਸ ਦਰਜ ਕਰਨਾ ਉਸ ਤੋਂ ਉੱਪਰਲੀਆਂ ਸੀਨੀਅਰ ਅਧਿਕਾਰੀਆਂ ਦੇ ਖਿਲਾਫ਼ ਕੋਈ ਮੁਕੱਦਮਾ ਦਰਜ ਕਰਨ ਦਾ ਪਰਮਿਸ਼ਨ ਲੈਣੀ ਪੈਣੀ ਹੈ, ਲੇਕਿਨ ਇਸ ਤੋਂ ਥੱਲੇ ਇੰਸਪੈਕਟਰ ਤੱਕ ਕੋਈ ਪਰਮਿਸ਼ਨ ਦੀ ਲੋੜ ਨਹੀਂ ਸੀ। ਲੇਕਿਨ ਹੁਣ ਇਹ ਕਰਤਾ ਕਿ ਜੇਕਰ ਕਿਸੇ ਕੱਠ ਦੇ ਉੱਤੇ ਕਿਸੇ ਧਰਨਾ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਈ ਗਈ ਤਾਂ ਉਹ ਗੋਲੀ ਚਲਾਉਣ ਵਾਲੇ ਕੋਈ ਭਾਵੇਂ ਸਿਪਾਹੀ ਵੀ ਕਿਉਂ ਨਾ ਹੋਵੇ ਉਹਦੀ ਪਰਮਿਸ਼ਨ ਲੈ ਤੋਂ ਬਿਨਾਂ ਉਹਤੇ ਮੁਕੱਦਮਾ ਦਰਜ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਪੁਲਿਸ ਨੂੰ ਥਾਪੀ ਦੇਤੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਲੋਕਾਂ ਨੂੰ ਅੰਦੋਲਨਕਾਰੀਆਂ ਨੂੰ ਮਾਰ ਲਓ, ਜੋ ਮਰਜ਼ੀ ਕਰ ਲਓ, ਤੁਸੀਂ ਖੁੱਲ੍ਹੇ ਹੋ। ਇਸ ਤੋਂ ਅਗਲੀ ਗੱਲ, ਜੋ ਲੋਕ ਲਗਾਤਾਰ ਦੇਸ਼ ਮੰਗਦਾ ਸੀ ਕਿ ਅਸੀਂ ਆਜ਼ਾਦ ਭਾਰਤ ਦੇ ਲੋਕ ਹਾਂ, ਸਾਡੇ ਤੇ ਆ ਜਿਹੜਾ ਦੇਸ਼ ਧਰੋਹ ਵਾਲੇ ਮੁਕੱਦਮਿਆਂ ਦੀਆਂ ਧਰਾਵਾਂ ਨੇ, ਇਹਨਾਂ ਨੂੰ ਖਤਮ ਕੀਤਾ ਜਾਏ, ਉਹ ਖਤਮ ਕਰਨ ਦੀ ਬਜਾਏ ਉਹਦੇ ਵਿੱਚ ਥੋੜੀ ਜਿਹੀ ਚੇਂਜਸ ਕੀਤੀ ਹੈ ਤੇ ਹੋਇਆ ਕੀ ਹੈ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਮਝਣ ਵਾਲੀ ਹੈ ਉਹਦੇ ਚ ਇਹ ਹੈ ਕਿ ਜੇਕਰ ਲੋਕ ਪ੍ਰਭੂ ਸੱਤਾ ਦੇ ਦੇਸ਼ ਦੇ ਸਵੈਮਾਨ ਦੇ ਅਤੇ ਏਕਤਾ ਅਖੰਡਤਾ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ ਹੈ। ਠੀਕ ਹੈ, ਦੇਸ਼ ਨਾਲ ਇੱਕ ਸ਼ਬਦ ਇਹ ਹੈ ਕਿ ਦੇਸ਼ ਅਤੇ ਸਰਕਾਰ ਦੇ ਖਿਲਾਫ, ਇਹਦਾ ਮਤਲਬ ਜਿਹੜੀ ਸਰਕਾਰ ਉੱਥੇ ਸਰਕਾਰ ਬਣੀ ਹੈ ਅਗਰ ਤੁਸੀਂ ਉਹਨਾਂ ਦੇ ਖਿਲਾਫ਼ ਵੀ ਬੋਲਦੇ ਹੋ ਤਾਂ ਤੁਹਾਡੇ ਤੇ ਤਦ ਵੀ ਇਹ ਮੁਕੱਦਮੇ ਦਰਜ ਹੋਣਗੇ, ਤਦ ਵੀ ਤੁਹਾਡੀ ਪ੍ਰਾਪਰਟੀ ਜ਼ਬਤ ਹੋ ਸਕਦੀ ਆ, ਤਦ ਵੀ ਤੁਹਾਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਤਾਂ ਇਹ ਇੱਕ ਤਰ੍ਹਾਂ ਦੀ ਲੋਕ ਇਹ ਤੋਂ ਰਾਹਤ ਚਾਹੁੰਦੇ ਸੀ ਔਰ ਇਹਦੇ ਤੋਂ ਕੋਈ ਰਾਹਤ ਨਾ ਦੇ ਕੇ ਸਾਡੇ ਲੋਕਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਅਧਿਕਾਰ ਸੀ ਉਹਨੂੰ ਬੁਰੀ ਤਰ੍ਹਾਂ ਨਾਲ ਮਤਲਬ ਇਹਨਾਂ ਨੇ ਪ੍ਰਭਾਵਿਤ ਕੀਤਾ ਹੈ। ਔਰ ਇਹ ਜਿਹੜੀਆਂ ਗੱਲਾਂ ਨੇ, ਦੋ ਗੱਲਾਂ ਦੇ ਉੱਤੇ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਹੋਰ ਕਿ ਪ੍ਰੋਟੈਸਟ ਕਰਨ ਨੂੰ ਰੋਕ ਲਿਆ ਕਿ ਪ੍ਰੋਟੈਸਟ ਨਾ ਕਰ ਸਕਣ ਲੋਕ, ਗੋਲੀ ਚਲਾਉਣ ਵਾਸਤੇ ਖੁੱਲੀ ਛੁੱਟੀ ਦੇਤੀ ਕਿ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਇਹਨਾਂ ਤੇ ਗੋਲੀ ਚਲਾਓ। ਲੇਕਿਨ ਸਾਡੇ ਸੰਵਿਧਾਨ ਨੇ ਦੇਸ਼ ਦੇ ਲੋਕਾਂ ਨੂੰ ਰਾਈਟ ਟੂ ਪ੍ਰੋਟੈਸਟ, ਰਾਈਟ ਟੂ ਸਪੀਚ ਦਿੱਤਾ ਹੋਇਆ ਹੈ ਕਿ ਤੁਸੀਂ ਸਰਕਾਰ ਦੇ ਖਿਲਾਫ਼ ਅਗਰ ਕਿਤੇ ਗਲਤ ਹੋ ਰਿਹਾ ਤਾਂ ਉਹਦੇ ਖਿਲਾਫ਼ ਬੋਲ ਸਕਦੇ ਹੋ, ਤੁਸੀਂ ਪ੍ਰੋਟੈਸਟ ਕਰ ਸਕਦੇ ਹੋ, ਇਹ ਰਾਈਟ ਮਿਲਿਆ ਹੋਇਆ। ਇਹਦਾ ਮਤਲਬ ਸੰਵਿਧਾਨ ਦੀ ਇਸ ਕਾਨੂੰਨ ਦੇ ਰਾਹੀਂ ਬਿਲਕੁਲ ਧੱਜੀਆਂ ਉਡਾ ਦਿੱਤੀਆਂ ਗਈਆਂ ਨੇ। ਔਰ ਇਸੇ ਤਰ੍ਹਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੈ ਸਾਡੇ ਸੰਵਿਧਾਨ ਦੇ ਅੰਦਰ, ਤੇ ਜੇ ਧਾਰਮਿਕ ਆਜ਼ਾਦੀ ਹੈ ਤਾਂ ਮੋਬ ਲਿੰਚਿੰਗ ਦੇ ਮਾਮਲੇ ਚ ਧਰਮ ਨੂੰ, ਕਿਸੇ ਵੀ ਧਰਮ ਨੂੰ, ਇੱਕ ਨੂੰ ਨਹੀਂ ਹਰ ਇੱਕ ਧਰਮ ਨੂੰ ਸੇਵ ਕਰਨਾ ਸਾਡੇ ਕਾਨੂੰਨ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਸਾਡੇ ਸੰਵਿਧਾਨ ਨੇ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੱਤਾ ਹੋਇਆ। ਸੋ ਇਸ ਕਰਕੇ ਇਹ ਸਾਰੀਆਂ ਖਾਮੀਆਂ ਨਹੀਂ ਮੈਂ ਕਹੂੰਗਾ, ਪੁਲਿਸ ਨੂੰ ਸਿੱਧੀਆਂ ਸਿੱਧੀਆਂ ਤਾਕਤਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਭਾਈ ਜੋ ਮਰਜ਼ੀ ਕਰਨਾ ਚਾਹੁੰਦੇ ਲੋਕਾਂ ਨਾਲ ਉਹ ਕਰੋ, ਉਹ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ, ਕੋਈ ਟੋਕ ਨਹੀਂ ਸਕੇਗਾ। ਸੋ ਇਸ ਲਈ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਬਣਦੀਆਂ ਸੀ ਔਰ ਪੂਰੇ ਦੇਸ਼ ਦੇ ਵਿੱਚ ਆਪਾਂ
15 ਅਗਸਤ ਨੂੰ ਪੂਰੀ ਤਾਕਤ ਦੇ ਨਾਲ ਟਰੈਕਟਰ ਮਾਰਚ ਕਰਦੇ ਹੋਏ ਆਪਾਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ। ਸੋ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਚੜ੍ਹ ਕੇ ਇਹਦੇ ਵਿੱਚ ਸ਼ਮੂਲੀਅਤ ਕਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।